ਬਿਕਰਮ ਸਿੰਘ ਮਜੀਠੀਆ ਹੋਰਾਂ ਨੇ ਇੱਕ ਬਹੁਤ ਵੱਡਾ ਜਿਹੜਾ ਖੁਲਾਸਾ ਕਰ ਦਿੱਤਾ ਹੈ। ਇੱਕ ਵੀਡੀਓ ਕਾਲ ਰਿਕਾਰਡਿੰਗ ਜਿਹੜੀ ਹੈ ਉਹ ਇੱਕ ਵਾਰ ਫਿਰ ਲਾਰੈਂਸ ਬਿਸ਼ਨੋਈ ਹੋਰਾਂ ਦੀ ਜਿਹੜੀ ਉਹ ਜਾਰੀ ਕਰ ਦਿੱਤੀ ਹੈ, ਔਰ ਉਸ ਵੀਡੀਓ ਕਾਲ ਰਿਕਾਰਡਿੰਗ ਦੇ ਵਿੱਚ ਲਾਰੈਂਸ ਬਿਸ਼ਨੋਈ ਜਿਹੜਾ ਉਹ ਈਦ ਦੀਆਂ ਮੁਬਾਰਕਬਾਦ ਦਿੰਦਾ ਦਿਖਾਈ ਦੇ ਦਿੱਤਾ ਸ਼ਹਿਜਾਦ ਭੱਟੀ ਨੂੰ। ਇਹ ਵੀ ਗੱਲ ਜਿਹੜੀ ਸਾਹਮਣੇ ਆਈ ਹੈ, ਪਾਕਿਸਤਾਨੀ ਗੈਂਗਸਟਰ ਹੈ ਸ਼ਹਿਜਾਦ ਭੱਟੀ, ਉਹਨੂੰ ਜਿਹੜਾ ਉਹ ਦੇ ਰਿਹਾ ਵਧਾਈ, ਔਰ ਇਹ ਆਵਾਜ਼ ਬੰਦ ਕਰਕੇ ਚਲਾਈ ਹੈ, ਇਹਦੇ ਵਿੱਚ ਵਧਾਈ ਦੇ ਰਿਹਾ। 18 ਸੈਕਿੰਡ ਦੀ ਇਹ ਵੀਡੀਓ ਹੈਗੀ ਹੈ। ਕੀ ਕਹਿੰਦੇ ਨੇ ਬਿਕਰਮ ਸਿੰਘ ਮਜੀਠੀਆ ਵੀਡੀਓ ਬਾਰੇ? ਉਹ ਕਹਿੰਦੇ ਕਿ ਪਹਿਲਾਂ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦਾ ਕਤਲ ਕੀਤਾ ਸੀ। ਹਾਲ ਹੀ ਵਿੱਚ ਬਿਸ਼ਨੋਈ ਨੇ ਗੁਜਰਾਤ ਜੇਲ੍ਹ ਤੋਂ ਪਾਕਿਸਤਾਨ ਗੈਂਗਸਟਰ ਸ਼ਹਿਜਾਦ ਭੱਟੀ ਨੂੰ ਈਦ ਦੀ ਸ਼ੁਭ ਕਾਮਨਾਵਾਂ ਦਿੱਤੀਆਂ, ਜਿਸ ਨਾਲ ਇਹ ਸਾਬਤ ਹੁੰਦਾ ਹੈ ਕਿ ਉਹ ਕੈਦ ਵਿੱਚ ਹੋਣ ਦੇ ਬਾਵਜੂਦ ਵੀ ਆਜ਼ਾਦੀ ਦੇ ਨਾਲ ਕੰਮ ਕਰ ਰਿਹਾ। ਪੰਜਾਬ ਦੇ ਜੇਲ੍ਹ ਤੋਂ ਲਾਈਵ ਇੰਟਰਵਿਊ ਦੇਣ ਦੇ ਬਾਵਜੂਦ ਪੰਜਾਬ ਦੇ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਭਗਵੰਤ ਮਾਨ ਨੇ ਇੱਕ SIT ਬਣਾਈ ਸੀ ਜਾਂਚ ਲਈ, ਪਰ ਜਾਂਚ ਵਿੱਚ ਕੁਝ ਵੀ ਨਤੀਜੇ ਨਹੀਂ ਮਿਲੇ। ਉਸਦਾ ਗੈਂਗ ਸਲਮਾਨ ਖਾਨ ਨੂੰ ਲਗਾਤਾਰ ਧਮਕੀਆਂ ਦੇ ਰਿਹਾ ਹੈ। ਸਲਮਾਨ ਖਾਨ ਦੇ ਨਿਵਾਸ ਤੇ ਕਈ ਵਾਰ ਹਮਲੇ ਹੋਏ ਨੇ, ਜਦੋਂ ਗੈਂਗਸਟਰ ਕੈਦ ਵਿੱਚ ਹੋਣ ਦੇ ਬਾਵਜੂਦ ਬਿਨਾਂ ਕਿਸੇ ਰੋਕ ਟੋਕ ਦੇ ਕੰਮ ਕਰ ਸਕਦੇ ਹਨ, ਤਾਂ ਅਜਿਹੀਆਂ ਗਤੀਵਿਧੀਆਂ ਜਨਤਕ ਸੁਰੱਖਿਆ ਲਈ ਵੱਡੇ ਖਤਰੇ ਪੈਦਾ ਕਰ ਸਕਦੀਆਂ ਨੇ। ਮੈਂ ਆਪਣੀ ਟੀਮ ਨੂੰ ਕਹਾਂਗਾ ਕਿ ਜੇਕਰ ਥੋੜੀ ਜਿਹੀ ਆਵਾਜ਼ ਇਸ ਵੀਡੀਓ ਦੀ ਚਲਾ ਦੇਣ ਇੱਕ ਵਾਰੀ ਪੂਰੀ ਕਰਕੇ, ਤਾਂ ਉਹ ਵੀ ਥੋੜੀ ਜਿਹੀ ਸੁਣਾ ਦਿੰਦੇ ਹਾਂ, ਆਪਾਂ ਅਣਖੀ ਸਾਹਿਬ ਵੀ ਸੁਣਨਗੇ, ਦਰਸ਼ਕ ਵੀ ਜਿਹੜੇ ਆ ਉਹ ਸੁਣ ਲੈਣਗੇ। ਨਹੀਂ ਹੈ ਦੁਬਈ ਵਗੈਰਾ ਮੇ ਆਜ ਹੋ ਗਈ ਹੈ ਨਾ, ਪਾਕਿਸਤਾਨ ਮੇ ਕੱਲ ਹੋਣੀ। ਨਹੀਂ ਨਹੀਂ ਆਜ ਨਹੀਂ ਹੋਗੀ, ਆਜ ਨਹੀਂ ਹੈ, ਬਾਹਰ ਦੂਸਰੀ ਜੋ ਕੰਟਰੀ ਹੈ ਨਾ ਉਧਰ ਆਜ ਹੈ, ਬਾਕੀ ਕੱਲ ਹੋਗੀ। ਮੈਂ ਆਜ ਹੋ ਗਈ ਹੋਣੀ ਹੈ ਦੁਬਈ ਵਗੈਰਾ ਮੇ ਆਜ ਹੋ ਗਈ ਹੈ ਨਾ, ਪਾਕਿਸਤਾਨ ਮੇ ਕੱਲ ਹੋਣੀ। ਨਹੀਂ ਨਹੀਂ ਆਜ ਨਹੀਂ ਹੋਗੀ, ਆਜ ਨਹੀਂ ਹੈ, ਬਾਹਰ ਦੂਸਰੀ ਜੋ ਕੰਟਰੀ ਹੈ ਨਾ ਉਧਰ ਆਜ ਹੈ, ਬਾਕੀ ਕੱਲ ਹੋਗੀ। ਮੈਂ ਆਜ ਹੋ ਗਈ ਹੋਣੀ ਹੈ ਤਾਂ ਦੇਖ ਸਕਦੇ ਹੋ ਕਿ ਇਹ ਈਦ ਦੀ ਮੁਬਾਰਕਬਾਦ ਦੇਣ ਵਾਸਤੇ ਇਹਨੇ ਸ਼ਹਿਜਾਦ ਭੱਟੀ ਨੂੰ ਫੋਨ ਕੀਤਾ ਸੀ, ਔਰ ਈਦ ਜਿਹੜੀ ਹੈ ਕੱਲ ਹੀ ਹਲੇ ਜਿਹੜੀ ਨਿਕਲ ਕੇ ਗਈ ਹੈ। ਅਣਖੀ ਸਾਹਿਬ ਕਿਵੇਂ ਦੇਖਦੇ ਹੋ ਕਿ ਪਹਿਲਾਂ ਤਾਂ ਪੰਜਾਬ ਦੀ ਜੇਲ੍ਹ ਦੇ ਵਿੱਚ ਇਹ ਲਗਾਤਾਰ 2 ਇੰਟਰਵਿਊਆਂ ਦਿੱਤੀਆਂ ਲਾਰੈਂਸ ਬਿਸ਼ਨੋਈ ਨੇ, ਉਹਦੀ ਜਾਂਚ ਲਈ SIT ਬਣੀ, SIT ਵੀ ਬੜੀ ਸੌਖੀ ਨਹੀਂ ਬਣੀ, ਔਰ ਕੁੰਵਰ ਵਿਜੇ ਪ੍ਰਤਾਪ ਕਹਿੰਦੇ ਸੀ ਕਿ ਉਹਦੇ ਵਿੱਚ ਪਰਚਾ ਦਰਜ ਹੋਣਾ ਚਾਹੀਦਾ, ਪਹਿਲਾਂ FIR ਦਰਜ ਹੋਣੀ ਚਾਹੀਦੀ ਹੈ, ਪਰ ਨਹੀਂ ਕੀਤੀ। ਉਸ ਤੋਂ ਬਾਅਦ ਸਰਕਾਰ ਨੇ 100 ਗੰਢੇ ਵੀ ਖਾਧੇ ਤੇ 100 ਛਿੱਤਰ ਵੀ ਖਾਧੇ, ਹਾਈਕੋਰਟ ਦੀਆਂ ਡਾਇਰੈਕਸ਼ਨਾਂ ਤੇ FIR ਦਰਜ ਕੀਤੀ, SIT ਬਣੀ। ਅੱਜ ਤੱਕ ਇਹ ਨਹੀਂ ਪਤਾ ਲੱਗ ਸਕਿਆ SIT ਜਾਂਚ ਦੇ ਕਿਹੜੇ ਸਿੱਟੇ ਤੇ ਪਹੁੰਚੀ ਹੈ, ਉਹ ਬਿਕਰਮ ਸਿੰਘ ਮਜੀਠੀਆ ਗੱਲ ਕਹਿ ਹੀ ਰਹੇ ਨੇ। ਹੁਣ ਉਹ ਜਿਹੜਾ ਲਾਰੈਂਸ ਬਿਸ਼ਨੋਈ ਜਿਹੜਾ ਉਹ ਗੁਜਰਾਤ ਜੇਲ੍ਹ ਦੇ ਵਿੱਚ ਹੈ, ਗੁਜਰਾਤ ਜੇਲ੍ਹ ਦੇ ਵਿੱਚ ਹੈਗਾ ਮੌਜੂਦ, ਉੱਥੋਂ ਸ਼ਹਿਜਾਦ ਭੱਟੀ ਪਾਕਿਸਤਾਨ ਦੇ ਗੈਂਗਸਟਰ ਨੂੰ ਈਦ ਦੀਆਂ ਮੁਬਾਰਕਾਂ ਦੇ ਰਿਹਾ। ਤੇ ਉੱਥੇ ਜਿਹੜੀ ਸਰਕਾਰ ਕਿਹਦੀ ਹੈ ਗੁਜਰਾਤ ਦੇ ਵਿੱਚ, ਸਰਕਾਰ ਜਿਹੜੀ ਹੈ ਉਹ BJP ਦੀ ਹੈ, ਨਾ ਤਾਂ ਉਹਨੂੰ ਆਮ ਆਦਮੀ ਪਾਰਟੀ ਕੁਝ ਕਰ ਪਾ ਰਹੀ ਹੈ, ਕਿਉਂਕਿ ਇੱਥੇ ਵੀ ਉਹ ਇਹਨਾਂ ਦਾ ਮਖੌਲ ਉਡਾ ਗਿਆ ਜਾਂ ਰਲੀ ਮਿਲੀ ਭੁਗਤ ਇਹੋ ਜਿਹੇ ਇਲਜ਼ਾਮ ਲੱਗ ਰਹੇ ਆ, ਤੇ ਉਧਰੋਂ BJP ਦੀ ਸਰਕਾਰ ਦੇ ਵਿੱਚ ਵੀ, ਯਾਨੀ ਦੋਵੇਂ ਸਰਕਾਰਾਂ ਇਹਦਾ ਮਤਲਬ ਆਪ ਦੀ ਵੀ ਤੇ ਗੁਜਰਾਤ ਦੀ ਵੀ, ਇਹ ਸਰਕਾਰਾਂ ਜਿਹੜੀਆਂ ਮਦਦਗਾਰ ਨੇ ਲਾਰੈਂਸ ਬਿਸ਼ਨੋਈ ਦੀਆਂ ਜੇਲ੍ਹ ਦੇ ਵਿੱਚੋਂ ਅਜਿਹਾ ਸ਼ਰੇਆਮ ਚੱਲ ਰਿਹਾ ਅਣਖੀ ਸਾਹਿਬ। ਸੁਖਵਿੰਦਰ ਜੀ, ਬਿਕਰਮ ਸਿੰਘ ਮਜੀਠੀ ਨੇ ਇਹ ਜਿਹੜੀ ਵੀਡੀਓ ਨਸ਼ਰ ਕੀਤੀ ਬੜੀ ਗੰਭੀਰ ਸਵਾਲਾਂ ਨੂੰ ਇਹ ਜਨਮ ਦਿੰਦੀ ਹੈ। ਇੱਕ ਤਾਂ ਪਹਿਲਾਂ ਪੰਜਾਬ ਦੀ ਗੱਲ ਕਰਦੀ ਹੈ, ਪੰਜਾਬ ਦੀਆਂ ਜਿਹੜੀ SIT ਬਣੀਆਂ, ਵਾਕਈ ਉਹ ਪਤਾ ਨਹੀਂ ਉਹਨਾਂ ਦੀ ਰਿਪੋਰਟ ਕਿਹੜੇ ਠੰਡੇ ਬਸਤੇ 'ਚ ਪਈ, ਅੱਜ ਤੱਕ ਕਿਸੇ ਨੇ ਉਹਦਾ ਨਾਂ ਹੀ ਨਹੀਂ ਲਿਆ। ਉਹ ਇਸ ਤਰ੍ਹਾਂ ਲੱਗਦਾ ਕਿ ਉਹ ਮਸਲਾ ਹੀ ਸਾਰਾ ਖਤਮ ਹੋ ਗਿਆ ਕਿ ਕਿੱਥੇ ਇੰਟਰਵਿਊ ਹੋਈ ਕਿੱਥੇ ਨਹੀਂ ਹੋਈ। ਤਾਂ ਉਦੋਂ ਜਿਸ ਤਰੀਕੇ ਨਾਲ ਬਠਿੰਡਾ ਜੇਲ੍ਹ ਤੋਂ ਜਾਂ ਕਿਤੇ ਪੰਜਾਬ ਦੀ ਜੇਲ੍ਹ ਤੋਂ ਇੰਟਰਵਿਊ ਹੋਈ, ਅੱਜ ਤੱਕ ਪਤਾ ਨਹੀਂ ਲੱਗ ਸਕਿਆ ਕਿ ਕਿੱਥੋਂ ਹੋਈ।
ਵਿਰੋਧੀ ਵੱਖਰੀ ਵੱਖਰੀ ਜੇਲ੍ਹਾਂ ਦਾ ਨਾਮ ਦਿੰਦੇ ਆ, ਪਰ ਪੰਜਾਬ ਸਰਕਾਰ ਉਸ ਵਕਤ ਜ਼ਰੂਰ ਬੁਰੀ ਤਰ੍ਹਾਂ ਫਸ ਗਈ ਸੀ। ਤਾਂ ਸੁਖਵਿੰਦਰ ਜੀ ਫਿਰ ਉਸਨੂੰ ਗੁਜਰਾਤ ਦੀ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ। ਅਤੇ ਤੁਹਾਨੂੰ ਸ਼ਾਇਦ ਇਸ ਗੱਲ ਦਾ ਕਹਿੰਦਾ ਵੀ ਮੈਂ ਜ਼ਿਕਰ ਕੀਤਾ, ਮੈਂ ਫਿਰ ਯਾਦ ਕਰਾਂ ਤਾਂ ਆਪਣੇ ਦਰਸ਼ਕਾਂ ਨੂੰ, ਇਸ ਵੇਲੇ ਗੁਜਰਾਤ ਜੇਲ੍ਹ ਦੇ ਵਿੱਚ ਗੁਜਰਾਤ ਸਰਕਾਰ ਵੱਲੋਂ ਇੱਕ ਅਜਿਹੀ ਧਾਰਾ ਉੱਥੇ ਫਿੱਟ ਕੀਤੀ ਗਈ ਆ ਕਿ ਉਸ ਨੂੰ ਹੁਣ ਕਿਸੇ ਵੀ ਜੇਲ੍ਹ ਵਿੱਚ ਨਹੀਂ ਲਿਆਂਦਾ ਜਾ ਸਕਦਾ। ਜਿੱਥੇ ਵੀ ਉਹਨੇ ਗੱਲ ਕਰਨੀ ਆ ਉਹ ਆਨਲਾਈਨ ਹੋ ਕੇ ਹੀ ਆਪਣੀ ਤਰੀਕ ਭੁਗਤੇਗਾ, ਚਾਹੇ ਉਹ ਪੰਜਾਬ ਹੋਵੇ ਚਾਹੇ ਉਹ ਦਿੱਲੀ ਹੋਵੇ, ਭਾਵ ਕਿ ਦੇਸ਼ ਦਾ ਕੋਈ ਵੀ ਪ੍ਰਾਂਤ ਹੋਵੇ, ਕਿਸੇ ਵੀ ਅਦਾਲਤ 'ਚ ਉਹਦੇ ਖਿਲਾਫ਼ ਜੇ ਕੇਸ ਚੱਲ ਰਿਹਾ ਤਾਂ ਉਸਨੂੰ ਜਿਸਮਾਨੀ ਪੱਧਰ 'ਤੇ ਜਾਂ ਸਰੀਰਕ ਤੌਰ 'ਤੇ ਉੱਥੇ ਨਹੀਂ ਲਿਆਂਦਾ ਜਾ ਸਕਦਾ, ਕੇਵਲ ਅਤੇ ਕੇਵਲ ਆਨਲਾਈਨ ਉਸਦੀ ਹਾਜ਼ਰੀ ਜਿਹੜੀ ਪੁਆਈ ਜਾ ਸਕਦੀ ਆ। ਇਹ ਉਸਨੂੰ ਬਕਾਇਦਾ ਤੌਰ 'ਤੇ ਜਿਹੜੀ ਫੈਸਿਲਿਟੀ ਅਵੇਲ ਕੀਤੀ ਗਈ ਤਾਂ ਕਿ ਕਾਰਨ ਇਹ ਦੱਸਿਆ ਗਿਆ ਕਿ ਉਸਦੀ ਜਾਨ ਨੂੰ ਖਤਰਾ ਹੈਗਾ, ਉਹਨੂੰ ਉੱਥੋਂ ਹੀ ਕਰਵਾਇਆ ਜਾਵੇ। ਇਹ ਖਾਸ ਤੌਰ 'ਤੇ ਉਸ ਧਾਰਾ ਦੇ ਅੰਤਰਗਤ ਉਸਨੂੰ ਇਹ ਸਹੂਲਤ ਜਿਹੜੀ ਉੱਥੇ ਦਿੱਤੀ ਹੋਈ ਆ। ਅਤੇ ਦੂਜੇ ਪੰਨੇ ਜੇਕਰ ਹੁਣ ਉਹ ਜੇਲ੍ਹ 'ਚ ਬੈਠਾ ਸ਼ਹਿਜਾਦ ਭੱਟੀ ਨੂੰ ਈਦ ਦੀਆਂ ਮੁਬਾਰਕਬਾਦ ਦਿੰਦਾ, ਉਹ ਵੀ ਵੀਡੀਓ ਕਾਲ ਦੇ ਰਾਹੀਂ, ਤਾਂ ਸੁਖਵਿੰਦਰ ਜੀ ਫਿਰ ਦਾਲ ਖਾਲੀ ਨਹੀਂ, ਦਾਲ 'ਚ ਕਾਲਾ ਨਹੀਂ ਆ, ਫਿਰ ਦਾਲ ਹੀ ਕਾਲੀ ਆ, ਚਾਹੇ ਉਹ ਪੰਜਾਬ ਦੀ ਜੇਲ੍ਹ ਹੋਵੇ ਅਤੇ ਚਾਹੇ ਦਿੱਲੀ ਦੀ ਤਿਹਾੜ ਜੇਲ੍ਹ ਹੋਵੇ ਅਤੇ ਚਾਹੇ ਫਿਰ ਗੁਜਰਾਤ ਦੀ ਜੇਲ੍ਹ ਹੋਵੇ, ਕੋਈ ਵੀ ਜੇਲ੍ਹ ਹੋਵੇ, ਸਰਕਾਰਾਂ ਪਤਾ ਨਹੀਂ ਉਹਨੂੰ ਕਿਸ ਖਾਤਰ ਵਰਤਦੀਆਂ ਪਈਆਂ ਨੇ ਜਾਂ ਕਿਸ ਕਰਕੇ ਉਹਨੂੰ ਸੁਰੱਖਿਆ ਜਿਹੜੀਆਂ ਮੁਹੱਈਆ ਕਰਵਾ ਰਹੀਆਂ ਨੇ, ਅਤੇ ਜਾਂ ਸਾਰਾ ਕੁਝ ਤਾਣਾ ਬਾਣਾ ਇੰਨੇ ਤਰੀਕੇ ਨਾਲ ਉਲਝਿਆ ਕਿ ਉਹਦੇ ਵਾਸਤੇ ਗੁਜਰਾਤ ਜੇਲ੍ਹ ਵੀ ਕੁਝ ਨਹੀਂ, ਤਿਹਾੜ ਜੇਲ੍ਹ ਵੀ ਕੁਝ ਨਹੀਂ, ਜਿੱਥੇ ਉਹ ਜਾਂਦਾ ਆਪਣੀ ਮਨਮਰਜ਼ੀ ਉਹ ਕਰਦਾ ਹੈਗਾ। ਬਾਕੀ ਜਿਸ ਤਰੀਕੇ ਨਾਲ ਬਿਕਰਮ ਸਿੰਘ ਮਜੀਠੀ ਨੇ ਇਹਦੇ ਸੰਬੰਧੀ ਗੰਭੀਰ ਸਵਾਲ ਉਠਾਏ ਨੇ, ਇਹ ਵਾਕਿਆ ਹੀ ਜਾਂਚ ਦੀ ਮੰਗ ਕਰਦੇ, ਪਰ ਸੁਖਵਿੰਦਰ ਜੀ ਜਾਂਚ ਕਰਦੀ ਕਿੰਨੇ ਆ? ਜਾਂਚ ਵੀ ਤਾਂ ਸਾਡੇ ਵਰਗੇ ਜਿਹੜੇ ਉਹ ਬੰਦੇ ਨੇ ਉਹਨਾਂ ਨੇ ਕਰਨੀ ਆ। ਜੇਕਰ ਇੱਕ ਸਧਾਰਨ ਬੰਦਾ ਜਿਹੜਾ ਗੈਂਗਸਟਰ ਫੜਿਆ ਹੁੰਦਾ ਪੁਲਿਸ ਨੇ, ਇੰਸਪੈਕਟਰ ਨੂੰ ਬੀਅਰ ਪਿਆਉਂਦਾ, ਉਹ ਬੀਅਰ ਪਿਆ ਕੇ ਕੁਝ ਪੈਸੇ ਦਿੰਦਾ ਤੇ ਆਪਣੀ ਉਹ ਗੈਂਗਸਟਰ ਆਪਣੀ ਸਹੇਲੀ ਨਾਲ ਰਾਤ ਬਤਾਉਂਦਾ ਤੇ ਬਾਅਦ ਚ ਪੁਲਿਸ ਦੇ ਕਬਜ਼ੇ ਚੋਂ ਵੀ ਉਹ ਫਰਾਰ ਹੋ ਜਾਂਦਾ, ਤੇ ਜਿੱਥੇ ਇਹੋ ਜਿਹੇ ਅਧਿਕਾਰੀ ਹੋਣ ਤਾਂ ਉੱਥੇ ਫਿਰ ਲਾਰੈਂਸ ਬਿਸ਼ਨੋਈ ਵਰਗੇ ਬੰਦੇ ਨੂੰ ਵੀਡੀਓ ਕਾਨਫਰੰਸ ਕਰਨ ਲੱਗਿਆ ਸੁਖਵਿੰਦਰ ਜੀ ਕੋਈ ਔਖ ਜਿਹੜੀ ਆ ਉਹ ਲੱਗਦੀ ਨਹੀਂ। ਗੱਲ ਤਾਂ ਜ਼ਰੂਰੀ ਇਹ ਆ ਕਿ ਜਿਹੜੇ ਵੀ ਵਿਅਕਤੀ ਹਨ ਉਹ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾਉਂਦੇ ਆ, ਪਰ ਲੱਗਦਾ ਇਸ ਹਮਾਮ 'ਚ ਸਾਰੇ ਹੀ ਨੰਗੇ ਆ, ਚਾਹੇ ਉਹ ਪੰਜਾਬ ਸਰਕਾਰ ਦੀ ਮਾਫ਼ ਕਰਦਾ ਚਾਹੇ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਹੋਵੇ ਤੇ ਚਾਹੇ ਭਾਜਪਾ ਦੀ ਗੁਜਰਾਤ ਸਰਕਾਰ, ਉਸ ਹਮਾਮ 'ਚ ਸੁਖਵਿੰਦਰ ਜੀ ਸਾਰੇ ਨਜ਼ਰ ਨੰਗੇ ਹੀ ਨਜ਼ਰ ਆਉਂਦੇ ਆ। ਦੇਖੋ ਅਗਲੇ ਦਿਨਾਂ 'ਚ ਭਾਣੇ ਹੋਰ ਕੀ ਵਾਪਰਦੇ ਨੇ, ਜੇਕਰ ਇਹੋ ਜਿਹਾ ਕੁਝ ਜੇਲ੍ਹਾਂ ਦੇ ਵਿੱਚੋਂ ਹੋ ਰਿਹਾ ਤਾਂ ਸਰਕਾਰ ਦੇ ਫਿਰ ਉਹਨਾਂ ਦਾਅਵਿਆਂ ਦੀ ਫੂਕ ਜਿਹੜੀ ਜ਼ਰੂਰ ਨਿਕਲ ਜਾਂਦੀ ਹੈ, ਜਿੱਥੇ ਉਹ ਕਹਿੰਦੇ ਨੇ ਕਿ ਹਾਂ ਭਈ ਉਹ ਜੇਲ੍ਹ ਸੁਰੱਖਿਅਤ ਜੇਲ੍ਹ ਆ, ਉੱਥੇ ਚਿੜੀ ਨਹੀਂ ਮਾਰ ਸਕਦੀ, ਪਰ ਜਿੱਥੇ ਵੀਡੀਓ ਕਾਨਫਰੰਸਾਂ ਰਾਹੀਂ ਕਾਲਾਂ ਹੁੰਦੀਆਂ ਹੋਣ ਉੱਥੇ ਸਰਕਾਰ ਦੀ ਜਿਹੜੀ ਕਾਰਜਸ਼ਾਲੀ ਤੇ ਉੱਤੇ ਸੁਭਾਵਕ ਆ ਪ੍ਰਸ਼ੰਸਨ ਜਿਹੜੇ ਸੁਖਵਿੰਦਰ ਜੀ ਲੱਗ ਜਾਂਦੇ।